ਕੀ ਤੁਸੀਂ ਕਦੀ ਸੋਨੇ ਦੇ ਬਣੇ 24 ਕੈਰੇਟ ਸੋਨੇ ਦੇ ਰੰਗ ਨੂੰ ਦੇਖਿਆ ਹੈ ਜਾਂ ਪੱਥਰਾਂ ਨਾਲ ਬਣੇ ਲਾਲ ਹਰਾ ਨੀਲਾ ਪੀਲਾ ਰੰਗ ਦੇਖਿਆ ਹੈ ਜੇਕਰ ਨਹੀਂ ਤੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸਭ ਰੰਗ ਤੇ ਨਾਲ ਹੀ ਨਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਿੱਖ ਮਿਨੀਏਚਰ ਪੇਂਟਿੰਗਸ ਜੋ ਕਿ ਗੁਰੂ ਸਾਹਿਬਾਨ ਤੇ ਸਿੱਖ ਧਰਮ ਦੇ ਨਾਲ ਸੰਬੰਧਿਤ ਹੈਗੀਆਂ ਨੇ ਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਨੂੰ ਦਰਸਾਉਂਦੀਆਂ ਨੇ ਪਰ ਤਰਾਸਦੀ ਦੀ ਗੱਲ ਹੈ ਕਿ ਇਹ ਇੰਨੀ ਪੁਰਾਣੀ ਪੁਰਾਤਨ ਜਿਹੜੀ ਹੈਗੀ ਹੈ ਇੰਨੀ ਵਿਰਾਸਤ ਜਿਹੜੀ ਹੈਗੀ ਹੈ ਉਹ ਵਿਲੁਪਤ ਹੁੰਦੀ ਜਾ ਰਹੀ ਹੈ ਇਹ ਮਰ ਚੁੱਕੀ ਕਲਾ ਨੂੰ ਜ਼ਿੰਦਾ ਕੀਤੇ ਜਾਣ ਦੀ ਕੋਸ਼ਿਸ਼ ਹੈ ਇਹ ਕੋਸ਼ਿਸ਼ ਉਸ ਕਲਾ ਨੂੰ ਮੁੜ ਤੋਂ ਸਾਹ ਦੇਣ ਦੀ ਹੈ ਜਿਸ ਨੇ ਇਤਿਹਾਸ ਨੂੰ ਜ਼ਿੰਦਾ ਰੱਖਣਾ ਸੀ ਜਿਸ ਨੇ ਵਿਰਸੇ ਨੂੰ ਜ਼ਿੰਦਾ ਰੱਖਣਾ ਸੀ ਪਰ ਅੱਜ ਉਹ ਆਪ ਹੀ ਮਰ ਚੁੱਕੀ ਹੈ ਇਸ ਦੀ ਬਜਾਏ ਇਸ ਕਲਾ ਦਾ ਅਭਿਆਸ ਕਰਨ ਵਾਲੇ ਕਲਾਕਾਰਾਂ ਦੀ ਘਾਟ ਹੋਣਾ ਸਿੱਖ ਮਿਨੀਏਚਰ ਪੇਂਟਿੰਗਸ ਹੁਣ ਸਿਰਫ ਅਜਾਇਬ ਘਰਾਂ ਦੇ ਵਿੱਚ ਜਾਂ ਫਿਰ ਪੁਰਾਣੇ ਮਹਿਲਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ ਪੁਰਾਣੇ ਸਮਿਆਂ ਦੇ ਵਿੱਚ ਇਸੇ ਕਲਾ ਦੇ ਜ਼ਰੀਏ ਵਕਤ ਨੂੰ ਕੈਦ ਕੀਤਾ ਜਾਂਦਾ ਸੀ ਖਾਸ ਤੌਰ ਤੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੇ ਫਲਸਫਿਆਂ ਨੂੰ ਦਰਸਾਉਂਦੀਆਂ ਇਹਨਾਂ ਪੇਂਟਿੰਗਸ ਦਾ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਮਹੱਤਵ ਹੁੰਦਾ ਸੀ ਪਰ ਵਕਤ ਦੇ ਨਾਲ ਨਾਲ ਅਤੇ ਸਰਕਾਰੀ ਅਣਗਹਿਲੀਆਂ ਕਰਕੇ ਇਹ ਕਲਾ ਲੁਪਤ ਹੁੰਦੀ ਚਲੀ ਗਈ ਹੈ ਪੇਂਟਿੰਗਸ ਦੀ ਸੁਵਿਧਾ ਦੀ ਖਾਸੀਅਤ ਹੈ ਇਸ 'ਚ ਵਰਤੀ ਜਾਂਦੀ ਬਰੀਕੀ ਜੋ ਕਰਨੀ ਨਾ ਸਿਰਫ ਬੇਹੱਦ ਮੁਸ਼ਕਿਲ ਹੈ ਸਗੋਂ ਬਹੁਤ ਮਿਹਨਤ ਦਾ ਕੰਮ ਵੀ ਹੈ ਇੱਕ ਛੋਟੀ ਜਿਹੀ ਪੇਂਟਿੰਗ ਦੇ ਅੰਦਰ ਪੂਰੀ ਕਹਾਣੀ ਦੱਸ ਦੇਣਾ ਆਸਾਨ ਨਹੀਂ ਹੈ ਤੇ ਜੋ ਕਲਾਕਾਰ ਇਸ ਸੁਵਿਧਾ ਦੇ ਮਾਹਿਰ ਨੇ ਉਹਨਾਂ ਦੀ ਗਿਣਤੀ ਹੁਣ ਉਂਗਲਾਂ ਤੇ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਦੇ ਕਲਾਗ੍ਰਾਮ ਦੇ ਵਿੱਚ ਇੱਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਕੁਝ ਕਲਾਕਾਰ ਪਹੁੰਚੇ ਨੇ ਜੋ ਮਿਨੀਏਚਰ ਪੇਂਟਿੰਗਸ ਬਣਾਉਣ ਦੇ ਮਾਹਰ ਵੀ ਹਨ ਇਸ ਵਰਕਸ਼ਾਪ ਦਾ ਮਕਸਦ ਇਸ ਕਲਾ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਹੈ ਇਹ ਸਿੱਖ ਮਿਨੀਏਚਰ ਬਿਲਕੁਲ ਖਤਮ ਹੋ ਚੁੱਕੀ ਕਦੇ ਕਿਸੇ ਗਵਰਨਮੈਂਟ ਨੇ ਇੰਟਰਸਟ ਨਹੀਂ ਲਿੱਤਾ ਇਹਨੂੰ ਰਿਵਾਈਵ ਕਰਨ ਲਈ ਇਹਨੂੰ ਇਹਦੇ ਸਕੂਲਸ ਬਣਾਉਣ ਲਈ ਜਾਂ ਗੁਰੂ ਸ਼ੀਸ਼ੇ ਪਰੰਪਰਾ ਦੇ ਤਹਿਤ ਆਰਟਿਸਟਾਂ ਨੂੰ ਕੰਮ ਦੇਣ ਲਈ ਪੰਜਾਬ ਦੇ ਵਿੱਚ ਇੱਕ ਵੀ ਪੇਂਟਰ ਨਹੀਂ ਹੈ ਜਿਹੜਾ ਸਿੱਖ ਮਿਨੀਏਚਰ ਦੇ ਉੱਪਰ ਕੰਮ ਕਰ ਰਿਹਾ ਹੈ ਹਿਮਾਚਲੀ ਅਸੀਂ ਆਰਟਿਸਟ ਬੁਲਾਏ ਨੇ ਹਿਮਾਚਲ ਤੋਂ ਉਹਨਾਂ ਤੋਂ ਸਿੱਖ ਮਿਨੀਏਚਰ ਅਸੀਂ ਬਣਵਾ ਰਹੇ ਹਾਂ ਰਾਜਸਥਾਨ ਦੇ ਆਰਟਿਸਟਾਂ ਨੂੰ ਬੁਲਾ ਕਹਿ ਕੇ ਸਿੱਖ ਮਿਨੀਏਚਰ ਬਣਵਾ ਰਹੇ ਹਾਂ ਪੰਜਾਬ ਦੇ ਦੋ ਆਰਟਿਸਟ ਹੈ ਮਨਕੂ ਜੀ ਅਤੇ ਅਵਤਾਰ ਜੀ ਅਤੇ ਉਹਨਾਂ ਨੇ ਟ੍ਰੇਨਿੰਗ ਲਿੱਤੀ ਹੈ ਮਿਨੀਏਚਰ ਦੇ ਵਿੱਚ ਉਹਨਾਂ ਤੋਂ ਸਿੱਖ ਮਿਨੀਏਚਰ ਬਣਵਾ ਰਹੇ ਹਮਾਰੇ ਹਿਮਾਚਲ ਪ੍ਰਦੇਸ਼ ਮੇਂ ਵੀ 1988 ਸੇ ਪਹਿਲੇ ਹਮਾਰੀ ਇਹ ਜੋ ਕਲਾ ਥੀ ਜੈਸੇ ਕਾਂਗੜਾ ਪੇਂਟਿੰਗ ਹੈ ਔਰ ਗੁਲੇਰ ਪੇਂਟਿੰਗ ਹੈ ਨੂਰਪੁਰ ਪੇਂਟਿੰਗ ਇਸ ਤਰ੍ਹਾਂ ਕੀ ਇਹ ਜੋ ਲਘੂ ਚਿੱਤਰ ਸ਼ੈਲੀਆਂ ਜੋ ਹੈ ਇਹ ਪੂਰੀ ਤਰ੍ਹਾਂ ਸੇ ਵੈਸੇ ਹਿਮਾਚਲ ਪ੍ਰਦੇਸ਼ ਮੇਂ ਵੈਸੇ ਸਮਾਪਤ ਹੋ ਗਈ ਥੀ ਪਰੰਤੂ ਸਰਕਾਰ ਕੇ ਇੱਕ ਪ੍ਰਯਾਸ ਰਹਾ ਹੈ ਕਿ ਇਸਕੇ ਜੈਸੇ ਗੁਰੂ ਸ਼ਿਸ਼ਯ ਪਰੰਪਰਾ ਕੇ ਆਧਾਰ ਕੇ ਉੱਪਰ ਜੋ ਹੈ ਵੋ ਜਗ੍ਹਾ ਜਗ੍ਹਾ ਕੇ ਉੱਪਰ ਜੋ ਹੈ ਇਸਕੇ ਸਕੂਲ ਖੋਲੇ ਗਏ ਤੋ ਉਸੇ ਜਾ ਕਰਕੇ ਜੋ ਹੈ ਵੋ ਇਹ ਦੁਬਾਰਾ ਸੇ ਜੋ ਹੈ ਵੋ ਵਿਖਿਆਤ ਹੋਣੇ ਸ਼ੁਰੂ ਹੋ ਗਈ ਹੈ ਇਹ ਪਹਿਲਾ ਚਿੱਤਰ ਮੈਨੇ ਇਹ ਬਣਾਇਆ ਹੈ ਕਿ ਜੈਸੇ ਇਸਮੇਂ ਆਪ ਦੇਖ ਰਹੇ ਹੈ ਕਿ ਜੈਸੇ ਗੁਰੂ ਨਾਨਕ ਦੇਵ ਜੀ ਜੋ ਹੈ ਇਹ ਬੈਠੇ ਹੋਏ ਹੈ ਔਰ ਇਹ ਮਰਦਾਨਾ ਜੀ ਹੈ ਮਰਦਾਨਾ ਜੀ ਜੋ ਹੈ ਇਹ ਸੰਗੀਤ ਬਜਾ ਰਹੇ ਹੈ ਔਰ ਗੁਰੂ ਨਾਨਕ ਦੇਵ ਜੀ ਸੰਗੀਤ ਸੁਣ ਰਹੇ ਹੈ ਹਮ ਲੋਕ ਦੇਖਤੇ ਹੈ ਕਿ ਜੈਸੇ ਹਮਾਰੇ ਜਿਤਨੇ ਵੀ ਮਿਊਜ਼ੀਅਮ ਹੈ ਵਹਾਂ ਪੇ ਪਹਾੜੀ ਚਿੱਤਰਕਲਾ ਕੇ ਸਿੱਖ ਸਟਾਈਲ ਕੀ ਪੁਰਾਣੀ ਪੇਂਟਿੰਗਸ ਤੋਂ ਦੇਖਣੇ ਕੋ ਮਿਲਤੀ ਹੈ ਪਰੰਤੂ ਅੱਜ ਕੱਲ ਕੇ ਟਾਈਮ ਮੇਂ ਇਸਕੇ ਬਣਾਨੇ ਵਾਲੇ ਕਾਰੋਗਰ ਕੋਈ ਸੰਖਿਆ ਕਾਫੀ ਕਮ ਹੋ ਗਈ ਹੈ ਇਹ ਕਲਾ ਕਿੰਨੀ ਬਰੀਕੀ ਨਾਲ ਕੀਤੀ ਜਾਂਦੀ ਹੈ ਉਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਲਾਕਾਰ ਮੈਗਨੀਫਾਈਂਗ ਗਲਾਸ ਲੈ ਕੇ ਇਸ ਪੇਂਟਿੰਗ ਨੂੰ ਪੂਰਾ ਕਰਦੇ ਨੇ ਇਸ ਤੋਂ ਇਲਾਵਾ ਇਸ ਪੇਂਟਿੰਗ ਦੀ ਇੱਕ ਹੋਰ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿੱਚ ਵਰਤਿਆ ਜਾਂਦਾ ਪੇਪਰ ਤੇ ਨਾਲ ਹੀ ਰੰਗ ਕਿਉਂਕਿ ਇਹਨਾਂ ਕਰਕੇ ਹੀ ਇਸ ਇੱਕ ਪੇਂਟਿੰਗ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਪਹੁੰਚ ਜਾਂਦੀ ਹੈ ਕਿਵੇਂ ਉਹ ਵੀ ਤੁਹਾਨੂੰ ਦੱਸਦੇ ਹਾਂ ਸਿੱਖ ਮਿਨੀਏਚਰ ਹੈ ਤੋ ਖਾਸ ਤੌਰ ਸੇ ਗੁਰੂ ਨਾਨਕ ਦੇਵ ਜੀ ਕੀ ਜੀਵਨ ਚਰਿੱਤਰ ਜੋ ਹੈ ਉਨਕੀ ਘਟਨਾ ਹੈ ਜੋ ਜਨਮ ਸਾਖੀ ਕੇ ਰੂਪ ਮੇਂ ਲਿਖੀ ਹੋਈ ਹੈ
जन्म साखी के ऊपर पहले भी चित्र बने हैं सिख मिनीचर स्टाइल में, और कुछ जो कोट पेंटिंग्स हैं महाराजा रणजीत सिंह जी के टाइम, पैट्रियट्स जो हैं उनके सोल्जर्स जो हैं उनके मंत्री जो हैं उनके भी और दरबारों के, तो उसमें से हम लोग चित्र लेके बना रहे हैं। कुछ ड्राइंग्स हैं, कुछ इनकम्प्लीट चित्र हमने देखे हैं एल्बम्स में, तो उनको पूरा बना रहे हैं, और ड्राइंग से भी बहुत सारे चित्र बना रहे हैं। जैसे ये एक चित्र है, इसका ड्राइंग गुलेर स्कूल, गुलेर जो पंजाब में ही था पहले, उससे इन्फ्लुएंस है सिख। ये गुरु नानक देव जी हैं और ये उनकी बहन है नानकी जी, हाँ, इन्हीं को सबसे पहले ये भान हुआ था कि गुरु नानक देव पे कृपा बरसी है और उनको ज्ञान का, तो एक ये ड्राइंग थी तो उसको मैं यहाँ चित्रित कर रहा है। और ये बहुत ही, एक तो बहुत ही माइन्यूटली बनाई जाती है, देखिए इसमें इतनी डिटेल्स हैं इसमें, हाँ, और इसमें अगर आप आई थिंक इसके जरिए ही दिखाएं, बिकॉज ये इतनी माइन्यूट है कि नेकेड आई से तो देख ही नहीं सकते। हाँ, ये जो वहाँ के गांव के ऊपर रॉक्स पे जो कुछ मकान बने हुए हैं वो बनाए हैं, और इनकी जो डिटेलिंग है इसमें बाल ऑर्नामेंट बारीकी शेड्स सब बहुत बारीक लाइनों से काम होते हैं। मिनीचर पेंटिंग में खास तौर से एक तो फिलिंग है और लाइन है, लाइन से काम होता है इसमें, फिनिशिंग भी लाइन से होती है। बहुत सा काम तो नेकेटाइट से हो जाता है जो कि लाइंस वगैरह हैं, लेकिन जैसे आप यहाँ देखेंगे कि इनके फेस है, इसको डिटेल दिया है, इसमें इनकी दाढ़ी है, दाढ़ी में अगर अगर बाल नहीं दिखेंगे तो दाढ़ी का इम्प्रेशन नहीं आता, और फिर सिख पेंटिंग में इस तरह के काम हुए हैं तो उसको डिटेल करने में। ग्लैरी दी पूंछ दे वाला दे नाल बनिया ब्रश होवे या फिर 24 कैरेट खरे सोने दे नाल बने इस दे रंग, इस पेंटिंग विच सब कुछ बेहद खास है, तेसे ले इन्ना रंगां नू सिपियां विच को लिया जांदा है। इसमें भी आप ये देखिएगा कि इसकी फिनिशिंग जो है वो बिल्कुल आई क्लासिक है, और ये सारा गोल्ड लगा हुआ है, ये गोल्ड का है सारा। हाँ जी हाँ, अंदर जो टेक्सटाइल में जो डिजाइन है वो भी गोल्ड की है, ओरिजिनल गोल्ड है, 24 कैरेट गोल्ड उसका रंग बनता है, और गोल्ड कलर्स हैं जैसे हम इसमें रखते हैं गोल्ड को काम में लेने में। आपने जो सिल्वर लीफ्स खाने के दौरान मिठाइयों पे लगती है, ऐसे ही गोल्ड लीफ भी बनाते हैं, गोल्ड लीफ रंग बनाने के काम में आती है, और कुछ मूर्तियों को गोल्ड पेस्ट करने के काम में आती है, तो उस गोल्ड लीफ से ऐसे प्लेट में उसे बहुत अच्छे से बर्निश किया जाता है, घिसा जाता है, उसमें कुछ गम डाली जाती है सरेसरों, और उसके बाद उसे पेस्ट लाइक बना देते हैं जो कलर की तरह स्प्रेड हो सके। ये जो रंग भी हैं ये पत्थर से घिसे हुए होते हैं, तो ये भी बहुत महंगे प्रोसेस करने के बाद तो बहुत ही महंगे हो जाते हैं, क्योंकि इसमें आपका अब ये जैसे ये ग्रीन है तो मेलाकाइट एक होता है, मेलाकाइट आप अगर देखेंगे एक सेमी प्रेशियस स्टोन है और उससे घिस के बनाया हुआ है, ऐसे ही लेपिस लेजुली आपने सुना होगा उसका बनाते हैं रंग, और हड़ताल होती है जैसे ये येलो हैं कुछ शेड हड़ताल से बनते हैं, ये सिंदूर है, हाँ, सीपियों में रखने का ये, इसमें कैल्शियम कार्बोनेट की सीजंड होती है सीपियाँ, और इसकी सरफेस जो है ना बहुत स्मूथ होती है अंदर से, तो क्योंकि मोती बनता है इसमें, तो इसमें इसको रखने से सुरक्षित रहते हैं, और इसको जब हम ऐसे घोलते हैं तो ये आसानी से इसमें घुल जाता है, ब्रशेस ख़राब नहीं होती, और इनका कोई रिएक्शन भी नहीं होता। इसको तैयार करने में बहुत मुश्किल आती है, बहुत मेहनत का काम है, और एक दिन में तैयार भी नहीं होते, 20-20 दिन 25-25 दिन, जैसे खड़िया है तो एक एक डेढ़ डेढ़ महीने जब कूटती है उसके बाद ये बेसिक वो है वाइट जो है ना ज़्यादातर, हाँ सभी में हम इसका कोट करते हैं, देशी पेपर हैं ये, और बात है आपको इस पे एक इम्पॉर्टेंट बात है कि ये सब हैंडमेड पेपर पे बनी पेंटिंग, जी हाँ ये हैंडमेड पेपर पे बनती है, इनकी लाइफ अच्छी होती है, दूसरा ये जो मिनरल्स हैं वो इसके रेशों में अंदर अच्छी तरह से एडजस्ट। हुण असीं तुहानूं दिखाउंदे आ
8वें गुरु श्री गुरु हरकृष्ण साहिब जी दी तैयार कीती जा रही ए पिंड जिस विच असली सोने दे वर्क दा इस्तेमाल कीता जा रहा है। इस तो इलावा इस दूजे पेंटिंग नु वेख के लगेगा कि हाथ नाल बनाई ही नहीं गई। तुसी देख सकते हो असीं ए पेंटिंग तैयार कर रहे हां। श्री गुरु हरकृष्ण साहिब जी इहदे विच डिपेक्ट कीते गए ने जो 8th गुरु सी सिखिज़म च। ते इस पेंटिंग दे विच असीं जिहड़ा साडा एक रिच हैरीटेज मोहराकाशी जिहड़ियां वाल फ्रेस्को च देखण नूं मिलदा ਉਹ ਵੀ ਅਸੀਂ ਇੱਥੇ ਡਿਪੈਕਟ ਕਰਾਂਗੇ ਜੀ ਬਿਲਕੁਲ। ਔਰ ਇਹਦੇ ਵਿੱਚ ਪੇਂਟਿੰਗਸ ਤੁਸੀਂ ਦੇਖ ਸਕਦੇ ਹੋ ਜੋ ਪਿੱਛੇ ਥਰੋਨ ਬਣਾ ਰਹੇ ਹਾਂ ਅਸੀਂ ਉਹਦੇ ਵਿੱਚ 24 ਕੈਰਟ ਗੋਲਡ ਯੂਜ਼ ਕੀਤਾ ਹੈ। ਗੋਲਡ ਫਾਇਲ ਪਿਓਰ ਗੋਲਡ ਦਿਸ ਇਜ਼ 24 ਕੈਰਟ ਪਿਓਰ ਗੋਲਡ ਇੱਕ ਫਾਇਲ ਦੀ ਫੋਰਮ 'ਚ ਸਾਨੂੰ ਮਿਲਦਾ। ਉਹਨੂੰ ਅਸੀਂ ਆਪਣੀ ਟੈਕਨੀਕ ਨਾਲ ਇਹਦੇ ਉੱਤੇ ਪੇਸਟ ਕਰਕੇ ਜਿਹੜਾ ਐਕਸਟਰੈਕਟ ਹੋਊਗਾ ਉਹਨੂੰ ਕਲੀਨ ਕਰਕੇ ਫਿਰ ਉਹਦੇ ਅੱਗੇ ਡਿਟੇਲਿੰਗ ਕੀਤੀ ਜਾਊਗੀ। ਇਹ ਅਸੀਂ ਦੋ ਪੇਂਟਿੰਗਾਂ ਬਣਾ ਰਹੇ ਹਾਂ। ਇੱਕ ਪੇਂਟਿੰਗ ਤਾਂ ਇਹ ਚੱਲ ਰਹੀ ਆ, ਦੂਸਰੀ ਪੇਂਟਿੰਗ ਆਲਮੋਸਟ ਕੰਪਲੀਟ ਹੋ ਚੁੱਕੀ ਹੈ ਜੋ ਪਹਿਲਾਂ ਸਾ ਸਟਾਰਟ ਕੀਤੀ ਸੀ। ਅਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਗੁਰੂ ਨਾਨਕ ਦੇਵ ਜੀ ਆਪਣੇ ਆਖਰੀ ਸਮੇਂ ਆਪਣੇ ਦੋਨੋਂ ਪੁੱਤਰਾਂ ਨਾਲ ਜੋ ਵਾਰਤਾਲਾਪ ਕਰ ਰਹੇ ਨੇ ਉਸ ਚੀਜ਼ ਨੂੰ ਇੱਥੇ ਪ੍ਰਗਟ ਕੀਤਾ ਗਿਆ। ਜਿਹੜਾ ਮੇਰੀ ਪੇਂਟਿੰਗ ਦਾ ਇਨਫਲੂਐਂਸ ਆ ਉਹ ਜਿਹੜੇ ਸਾਡੇ ਪੰਜਾਬ ਦੇ ਕੰਧ ਚਿੱਤਰ ਨੇ ਵਾਲ ਫਰੈਸਕੋਜ਼ ਨੇ ਉਹਨਾਂ ਤੋਂ ਇਨਫਲੂਐਂਸ ਲੈ ਕੇ ਉਹਨੂੰ ਇੱਕ ਮਿਨੀਏਚਰ ਪੇਂਟਿੰਗ ਦੇ ਰੂਪ 'ਚ ਪੇਸ਼ ਕੀਤਾ ਗਿਆ। ਇਹਦੇ ਵਿੱਚ ਵੀ ਇਸੇ ਤਰ੍ਹਾਂ ਕੁਛ ਨੈਚੁਰਲ ਸਟੋਨ ਪਿਗਮੈਂਟਸ ਔਰ 24 ਕੈਰਟ ਗੋਲਡ ਯੂਜ਼ ਕੀਤਾ ਗਿਆ। ਇਹਨਾਂ ਪੇਂਟਿੰਗਸ ਦੇ ਵਿੱਚ ਮੁਗਲ ਰਿਆਸਤ ਦਾ ਪ੍ਰਭਾਵ ਸਾਫ਼ ਤੌਰ 'ਤੇ ਨਜ਼ਰ ਆਉਂਦਾ ਹੈ, ਪਰ ਅਜਿਹਾ ਕਿਉਂ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ। ਜਿਹੜੇ ਸਾਡੇ ਵਾਲ ਮਿਊਰਲਸ ਨੇ ਜਾਂ ਮਨੀਏਚਰ ਪੇਂਟਿੰਗ ਆ, ਪੰਜਾਬ ਦੇ ਵਿੱਚ ਜਿੰਨਾ ਵੀ ਸਿੱਖਇਜ਼ਮ ਦੇ ਵਿੱਚ ਕੰਮ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਹੋਇਆ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੇ ਆਰਟਿਸਟ ਸੀ ਉਹ ਮੁਗਲ ਸਟਾਈਲ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਆਪਣੇ ਰਾਜ 'ਚ ਸ਼ਾਮਿਲ ਕਰਕੇ ਅਤੇ ਉੱਥੇ ਕੰਮ ਕਰਵਾਇਆ ਗਿਆ ਉਹਨਾਂ ਤੋਂ। ਉਸ ਤੋਂ ਅੱਗੇ ਕਿ ਜਿੱਦਾਂ ਜਿੱਦਾਂ ਉਹਨਾਂ ਆਰਟਿਸਟਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਪੰਜਾਬ ਦੇ ਜੋ ਪੁਰਾਣੇ ਚਿੱਤਰਕਾਰ ਸੀ ਉਹਨਾਂ ਨੂੰ ਮਤਲਬ ਅਡੋਪਟ ਕੀਤਾ ਉਹਨਾਂ ਨੇ ਇਹ ਆਰਟ ਨੂੰ ਅਤੇ ਇਹ ਅੱਗੇ ਤੋਂ ਰਿਹਾ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਕਲਾ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਵੱਡਾ ਯੋਗਦਾਨ ਪਾਇਆ ਗਿਆ ਸੀ, ਪਰ ਆਜ਼ਾਦੀ ਤੋਂ ਬਾਅਦ ਇਸ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਇੱਕ ਵੀ ਅਜਿਹਾ ਸਰਕਾਰੀ ਵਿਦਿਅਕ ਅਦਾਰਾ ਮੌਜੂਦ ਨਹੀਂ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਕਲਾ ਨੂੰ ਸਿਖਾਇਆ ਜਾਂਦਾ ਹੋਵੇ। ਇਹੀ ਵਜ੍ਹਾ ਹੈ ਕਿ ਕਲਾ ਵਿਲੁਪਤ ਹੋ ਚੁੱਕੀ ਹੈ। ਵਿਲੁਪਤ ਹੋਣ ਦਾ ਇੱਕ ਕਾਰਨ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਤਾਂ ਪ੍ਰੋਪਰ ਦੀ ਕੋਈ ਐਸਾ ਇੰਸਟੀਚਿਊਟ ਨਹੀਂ ਹੈਗਾ ਇੱਥੇ ਦੀ ਸਟੱਡੀ ਕਰਾਈ ਜਾਵੇ ਜਾਂ ਦਿਖਾਇਆ ਜਾਵੇ। ਦੂਜੀ ਗੱਲ, ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਟੇਟ ਦੇ ਵਿੱਚ ਆਪਣੇ ਕੋਈ ਆਰਟ ਕਾਲਜ ਨਹੀਂ ਹੈਗਾ। ਆਰਟ ਕਾਲਜ ਆਪਣਾ ਜਿਹੜਾ ਹੈਗਾ ਸੀ ਉਹ ਚੰਡੀਗੜ੍ਹ 'ਚ ਆ ਗਿਆ ਜੀ, ਅਤੇ ਪੰਜਾਬ ਨੂੰ ਡੈਫੀਨੇਟਲੀ ਇੱਕ ਆਰਟ ਕਾਲਜ ਦੀ ਲੋੜ ਹੈਗੀ ਇਸ ਟਾਈਮ। ਅਤੇ ਜਿਹੜੀ ਮਿਨੀਏਚਰ ਪੇਂਟਿੰਗ ਹੈ ਇਹਦੀ ਸ਼ੁਰੂਆਤ ਜਿਵੇਂ ਆਪਣਾ ਮੰਨਦੇ ਹਾਂ ਕਿ ਆਪਾਂ ਮੁਗਲ ਟਾਈਮ ਤੋਂ ਜ਼ਿਆਦਾ ਇੱਕ ਪਿਓਰ ਫੋਰਮ ਦੀ ਉੱਭਰ ਕੇ ਆਈ ਸੀ। ਸੈਕਿੰਡ ਕਿੰਗ ਜਿਹੜੇ ਹੈਗੇ ਨੇ ਹਿਮਾਯੂੰ, ਉਹ ਆਪਣੇ ਨਾਲ ਇਰਾਨ ਤੋਂ ਦੋ ਪੇਂਟਰ ਖਵਾਜਾ ਅਬਦ ਸਮਦ ਅਤੇ ਮੀਰ ਸੈਯਦ ਅਲੀ ਨੂੰ ਨਾਲ ਲੈ ਕੇ ਆਏ ਸੀ, ਅਤੇ ਉਹਨਾਂ ਨੇ ਇੱਥੇ ਆ ਕੇ ਆਪਣੇ ਲੋਕਲ ਜਿਹੜੇ ਆਰਟਿਸਟ ਨੇ ਮਿਨੀਏਚਰ ਪੇਂਟਿੰਗ ਦੇ ਉਹਨਾਂ ਨਾਲ ਮਿਲ ਕੇ ਕੰਮ ਕਰਿਆ। ਅਤੇ ਮੁਗਲ ਦੇ ਅਕਬਰ ਅਤੇ ਜਹਾਂਗੀਰ ਦੇ ਟਾਈਮ ਇਹ ਜਿਹੜੀ ਮਿਨੀਏਚਰ ਪੇਂਟਿੰਗ ਹੈਗੀ ਆ ਇਹ ਚਰਮ ਸੀਮਾ 'ਤੇ ਪਹੁੰਚ ਗਈ, ਇਹਦੀ ਬਿਊਟੀ ਜਿਹੜੀ ਹੈਗੀ ਵਰਲਡ ਨੋਨ ਹੋ ਗਈ ਸੀ। ਈਵਨ ਕਈ ਯੂਰਪੀਅਨ ਪੇਂਟਰ ਹੈਗੇ ਨੇ ਉਹਨਾਂ ਨੇ ਵੀ ਆਪਣੀ ਪੇਂਟਿੰਗ ਨੂੰ ਆਪਣੇ ਰੂਪ ਆਪਣੇ ਸਟਾਈਲ ਦੇ ਵਿੱਚ ਕਾਪੀ ਕਰਿਆ ਹੈਗਾ ਹੈ। ਹਾਂਜੀ, ਮੁਗਲ ਜਦ ਮੁਗਲ ਵੰਸ਼ ਦਾ ਪਤਨ ਹੋਇਆ ਅਤੇ ਬਹੁਤ ਸਾਰੇ ਆਰਟਿਸਟ ਜਿਨ੍ਹਾਂ ਨੂੰ ਫਿਰ ਜੋਬ ਨਹੀਂ ਸੀ, ਜਿਨ੍ਹਾਂ ਕੋਲ ਕੰਮ ਨਹੀਂ ਸੀ, ਤਾਂ ਉਹ ਫਿਰ ਪਹਾੜੀ ਰਾਜਿਆਂ ਕੋਲ ਜਾ ਕੇ ਸੈਟਲ ਹੋ ਗਏ। ਅਤੇ ਕਾਂਗੜੇ ਦੇ ਰਾਜਾ ਜਿਹੜੇ ਰਾਜਾ ਸੰਸਾਰ ਚੰਦ ਨੇ ਉਹਨਾਂ ਦੇ ਟਾਈਮ ਦੇ ਵਿੱਚ ਪਹਾੜੀ ਕਲਾ ਦਾ ਸੁਨਹਿਰੀ ਯੁੱਗ ਸੀ, ਉਹ ਬਹੁਤ ਉੱਚ ਕੋਟੀ ਦੀ ਕਲਾ ਉਹਨਾਂ ਦੇ ਦਰਬਾਰ 'ਚ ਹੋਈ ਆ। ਫਿਰ ਜਿਵੇਂ ਸੰਸਾਰ ਚੰਦ ਦੇ ਵੰਸ਼ ਦਾ ਪਤਨ ਹੋਇਆ ਅਤੇ ਉਹ ਜਿਹੜੇ ਪੇਂਟਰ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਦਰਬਾਰ ਵਿੱਚ ਆ ਕੇ ਸੈਟਲ ਹੋ ਗਏ। ਅਤੇ ਸਿੱਖ ਫਰਨੀਚਰ ਜ਼ਿਆਦਾਤਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੀ ਹੋਈ ਹੈ। ਜਿਵੇਂ ਰਾਜਾ ਜੀ ਦਾ ਮਹਾਰਾਜਾ ਰਣਜੀਤ ਸਿੰਘ ਦੇ ਡੈਥ ਤੋਂ ਬਾਅਦ ਉਹਨਾਂ ਦਾ ਜਿਹੜਾ ਉਹਨਾਂ ਦੇ ਆਰਟਿਸਟ ਵੀ ਸਾਰੇ ਤਕਰੀਬਨ ਜੋਬਲੈਸ ਹੋ ਗਏ, ਅਤੇ ਉਹਨਾਂ ਦੇ ਨਾਲ ਉਹ ਕਲਾ ਵੀ ਤਕਰੀਬਨ
टाइम मोड़ दे आ गए। ये जड़ी कला ये खत्म हुई नू काफ़ी देर होगी पंजाब दे विच कोई नहीं करन वाला, तो असीं चाहुंदे आ वी होर अगे जिदा स्टूडेंट्स आ रहे ने या मतलब साडे पंजाब दे विच जिहड़े इंट्रस्टड ने, मैं अक्सर ही अपनी सोशल मीडिया से भी उन्हां नाल इन टच रहना भी मेरे नाल जुड़ो ताकि असीं इस आर्ट नू होर अगे वधा सकीए, क्योंकि ये एक परसन का काम नहीं, सिंगल बॉडी इनू अगे नहीं लैके जा सकते जिन्ना चिकर असीं टीम वर्क काम नहीं करते। एक टीम बना के असीं इनू अगे तोरीए ताकि साडा जिहड़ा पुराना हैरीटेज आ विरसा जिहड़ा है अजे भी है ਉਹਨੂੰ ਵੀ ਸੰਭਾਲਿਆ ਜਾਵੇ ਔਰ ਉਹਨੂੰ ਅੱਗੇ ਵੀ ਤੋਰਿਆ ਜਾਵੇ। ਨਾਰਥ ਜ਼ੋਨ ਕਲਚਰਲ ਸੈਂਟਰ ਦੇ ਵੱਲੋਂ ਪ੍ਰਬੰਧਿਤ ਕੀਤੀ ਗਈ ਇਹ ਵਰਕਸ਼ਾਪ ਜਲਦੀ ਹੀ ਖਤਮ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਇਹਨਾਂ ਪੇਂਟਿੰਗਸ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ ਅਤੇ ਇਸ ਧਰੋਹਰ ਨੂੰ ਬਚਾਇਆ ਜਾ ਸਕੇ। ਐਗਜੀਬਿਸ਼ਨ ਵੀ ਲਾਵਾਂਗੇ ਅਸੀਂ, ਕੋਸ਼ਿਸ਼ ਕਰਾਂਗੇ ਅਤੇ ਹੋਰ ਕੈਂਪਸ ਕਰੀਏ, ਸਿੱਖ ਮਨੇਚਰ ਦੇ ਉੱਪਰ ਕੈਂਪਸ ਕਰੀਏ, ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚਾਈਏ। ਗੁਰੂ ਸ਼ਿਸ਼ੇ ਪਰੰਪਰਾ ਦੇ ਅੰਡਰ ਅਸੀਂ ਇਹਨਾਂ ਨੂੰ ਸਕੀਮਸ ਦਈਏ ਤਾਂ ਕਿ ਉਹ 10-10 ਬੱਚੇ ਆਪਣੇ ਨਾਲ ਰੱਖਣ ਅਤੇ ਇੱਕ ਟੀਚਰ 10 ਬੱਚਿਆਂ ਨੂੰ ਟ੍ਰੇਨਿੰਗ ਦੇਵੇ ਸਾਲ 6 ਮਹੀਨੇ 'ਚ ਤਾਂ ਕਿ ਬੱਚੇ ਦਾ ਇੰਟਰਸਟ ਬਣੇ। ਹਿਮਾਚਲ ਪ੍ਰਦੇਸ਼ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਰਾਸਤ ਨੂੰ ਬਚਾਉਣ ਦੇ ਲਈ, ਇਸ ਕਲਾ ਨੂੰ ਬਚਾਉਣ ਦੇ ਲਈ ਗੁਰੂ ਸ਼ਿਸ਼ ਪਰੰਪਰਾ ਜਿਹੜੀ ਹੈਗੀ ਹੈ ਉਹ ਸ਼ੁਰੂ ਕੀਤੀ ਗਈ ਹੈ, ਲੇਕਿਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਇੱਥੇ ਕੁਛ ਵੀ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਤਾਂ ਇੱਕ ਆਰਟ ਕਾਲਜ ਤੱਕ ਨਹੀਂ ਹੈਗਾ, ਅਤੇ ਜੇਕਰ ਪੰਜਾਬ ਦੇ ਵਿੱਚ ਸਿੱਖ ਮਿਨੀਏਚਰ ਪੇਂਟਿੰਗਸ ਨੂੰ, ਸਿੱਖ ਮਿਨੀਏਚਰ ਜਿਹੜੀ ਪੇਂਟਿੰਗਸ ਹੈਗੀਆਂ ਸਾਰੀ ਕਲਾ ਨੂੰ ਬਚਾਉਣਾ ਹੈਗਾ ਤਾਂ ਪੰਜਾਬ ਸਰਕਾਰ ਨੂੰ ਤਾਂ ਅੱਗੇ ਆਉਣਾ ਹੀ ਪਵੇਗਾ, ਅਤੇ ਨਾਲ ਹੀ ਨਾਲ ਜੋ ਬੁੱਧੀਜੀਵੀ ਹੈਗੇ ਹੈ ਉਹਨਾਂ ਸਾਰਿਆਂ ਨੂੰ ਵੀ ਇਕੱਠਾ ਹੋਣਾ ਪਵੇਗਾ। ਕੈਮਰਾ ਪਰਸਨ ਇੰਦਰਜੀਤ ਸਿੰਘ ਅਤੇ ਧਨੰਜੇ ਸ਼ਰਮਾ ਦੇ ਨਾਲ ਨੇਹਾ ਸ਼ਰਮਾ, PTC ਨਿਊਜ਼, ਚੰਡੀਗੜ੍ਹ।